SBS नगर पुलिस नू बहुत वधिया जी रिकवरी हुई है। ये 76 नंबर FIR थाना ओड दे विच दर्ज हुई है जी। साडे SBS नगर दे विच श्रीमती कवरदीप कौर IPS SSP SBS नगर दिया दिशा निर्देश से जी नशियां दे खिलाफ मुहिम छेड़ी गई उन्हूं बहुत वधिया जी सफलता मिली है। ये सानू 1 किलो हीरोइन बरामद हुई है जिसे अगेंस्ट असी मुकदमा दर्ज करके जिन्हें जी नैक्सट अगे इन्वेस्टिगेशन शुरू की है। ये जिहड़ा हैगा जी नाम यदा है देसराज उर्फ प्रदेश पिंड का हैगा है। जी CAE की टीम आ जी हैगी इन्होंने जी शक्की पुरशां दे गेम जिहड़ा नाका लाया बंदा जिहड़ा सीगा वो चैकिंग दौरान जिहड़ा मिलिया जिहदे विच मौके ते DSP सुरिंदर मौके ते बुला के उन्होंने चैकिंग की गई जिसके पोजैशन चो 1 किलो इससे पहला कोई मुकदमा नहीं दर्ज है। ਜਿਹੜਾ ਇਹਦੇ 'ਤੇ ਚੱਲ ਰਹੀ ਇਨਵੈਸਟੀਗੇਸ਼ਨ ਉਹਦੇ ਲਈ ਅਸੀਂ ਅੱਗੇ ਕਰ ਰਹੇ ਹਾਂ ਵੀ ਕਿੱਥੇ ਲੈ ਕੇ ਆ ਰਹੀ ਆ ਵੀ ਇਹਦੇ ਬੈਕਵਰਡ ਅਤੇ ਫਾਰਵਰਡ ਲਿੰਕਸ ਕਿਹੜੇ ਹੈਗੇ ਉਹਦੇ ਲਈ ਚੱਲ ਰਹੀ ਹੈ। ਫਿਲਹਾਲ ਅਜੇ 1 ਆ ਅੱਗੇ ਚੱਲ ਰਹੀ ਅੱਗੇ ਸਾਰਾ ਜਿਹੜਾ ਹੈਗਾ ਉਹ ਲਿੰਕ ਦਿੰਦੇ ਆ ਕਿੱਥੇ ਵੇਚਦੇ ਆ ਕੌਣ ਸਲਮਾਨ ਕਿੰਨੇ ਦਿੰਦਾ ਸਲਮਾਨ ਇਹ 5 ਕਰੋੜ ਪੈਦਲ ਲੈ ਕੇ ਆ ਰਿਹਾ ਨਹੀਂ ਇਹਦੇ ਨਾਲ ਕੋਈ ਨਹੀਂ ਹੈਗਾ। ਹਾਂ ਇਸ ਤਰ੍ਹਾਂ ਹੀ ਸਾਡੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਇਹ ਨਸ਼ਿਆਂ ਸੰਬੰਧੀ ਮੁਹਿੰਮ ਚੱਲ ਰਹੀ ਆ ਇਸ ਤਰ੍ਹਾਂ ਹੀ ਥਾਣਾ ਰਾਹੋਂ ਦੇ ਵਿੱਚ ਜਿਹੜਾ ਹੈਗਾ ਰਾਹੋਂ ਦੇ ਵਿੱਚ ਸਾਡੇ ਜਿਹੜੀ ਪੁਲਿਸ ਨੂੰ ਇੱਕ ਹੋਰ ਪ੍ਰਾਪਤੀ ਉਹਦੇ ਵਿੱਚ ਜਿਹੜੀ ਹੈਗੀ ਆ 15 ਗ੍ਰਾਮ ਜਿਹੜੀ ਸਮੈਕ ਆ ਉਹ 2 ਜਣੇ ਹੈਗੇ ਆ ਹਸਬੈਂਡ ਵਾਈਫ ਹੈਗੇ ਸਮੇਤ ਉਹਨਾਂ ਦੀ ਸਕੂਟਰੀ ਉਹ ਰਾਹੋਂ ਥਾਣੇ ਮੁਕੱਦਮਾ ਦਰਜ ਹੋਇਆ 116 ਨੰਬਰ 25 NDP ਐਕਟ ਦੇ ਤਹਿਤ। ਜਿਹੜੀ ਹੁਣ ਤੱਕ ਦੀ ਸਾਡੀ ਪੁੱਛਗਿੱਛ ਆ ਇੰਸਪੈਕਟਰ CAE ਰਜੀਵ ਕੁਮਾਰ ਜਾਂ DSP ਸੁਰਿੰਦਰ ਚਾਂਦ ਜਿਹੜੀ ਕਰ ਰਹੇ ਆ ਨਾ ਉਹਦੇ ਬਿਹਾਫ 'ਤੇ ਰਿਮਾਂਡ ਲੈ ਲਿਆ ਹੈਗਾ। ਰਿਮਾਂਡ ਤੋਂ ਬਾਅਦ ਫਿਰ ਜਿੱਦਾਂ ਜਿੱਦਾਂ ਸਾਡੀ ਇਨਵੈਸਟੀਗੇਸ਼ਨ ਅੱਗੇ ਚੱਲਦੀ ਹੈ ਫਿਰ ਤੁਹਾਨੂੰ ਜਾਣੂ ਕਰਾ ਦਿੱਤਾ ਜਾਵੇ। ਜਿਹੜੀ ਲੇਡੀਜ਼ ਹੈਗੀ ਹੈ ਜੀ ਇਹ ਸੁਰੂਆ ਪਿੰਡ ਹੈਗਾ ਰਾਹੋਂ ਥਾਣੇ ਦਾ ਸੋਤਾ ਪਿੰਡ ਆ ਇਹ ਦੂਜਾ ਮੁਕੱਦਮਾ ਹੈਗਾ। ਇੱਕ ਮੁਕੱਦਮਾ ਹੋਰ ਦਰਜ ਹੋਇਆ ਦੋ ਮੁਕੱਦਮੇ ਵੱਖ ਵੱਖ ਦਰਜ ਹੋਏ ਨਾ।